ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਅਸੀਂ ਅੱਜ ਪਹੁੰਚੇ ਲਾਹੌਰ ਫੂਡ ਸਟ੍ਰੀਟ ਦੇ ਉੱਤੇ ਕੁਕਿੰਗਸ ਡਾਈਨ ਇਨ 'ਤੇ, ਔਰ ਇੱਥੇ ਸਾਡੇ ਓਨਰੇਬਲ ਗੈਸਟ ਪਹੁੰਚੇ ਡਾਕਟਰ ਦਲਵੀਰ ਸਿੰਘ ਪੰਨੂ ਜੀ, USA ਤੋਂ ਆਪਣੀ ਕਿਤਾਬ ਦੀ ਓਪਨਿੰਗ ਕਰਨ ਵਾਸਤੇ ਆਏ ਸੀ, ਔਰ ਅਸੀਂ ਅੱਜ ਉਹ ਹਿਸਟੋਰੀਕਲ ਪੁਆਇੰਟ ਆਫ ਨੂੰ ਵਿਊ ਰੱਖਦੇ ਹੋਏ ਅਸੀਂ ਉਹਨਾਂ ਨੂੰ ਉਸੇ ਜਗ੍ਹਾ 'ਤੇ ਬੁਲਾਇਆ ਕਿ ਜਿੱਥੇ ਇਹ ਸਾਰੀ ਹਿਸਟਰੀ ਜਿਹੜੀ ਹੈ ਜਿੱਥੇ ਆ ਕੇ ਮੁੱਕਦੀ ਹੈ, ਅਤੇ ਅੱਜ ਇਹਨਾਂ ਦੀ ਕਿਤਾਬ ਦੀ ਇਨੋਗ੍ਰੇਸ਼ਨ ਦਾ ਸਭ ਤੋਂ ਲਾਸਟ ਡੇ ਸੀਗਾ, ਅਤੇ ਲਾਹੌਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਵਾਪਸ, ਅਤੇ ਅਸੀਂ ਇਹਨਾਂ ਨੂੰ ਵੈਲਕਮ ਕਰਨ ਲਈ ਇੱਥੇ ਪਹੁੰਚੇ ਹਾਂ। ਪਾਕਿਸਤਾਨ ਹੈਰੀਟੇਜ ਕਲੱਬ ਦੀ ਟੀਮ ਜਿਹੜੀ ਹੈ ਸਾਰੀ ਉਹ ਪਹੁੰਚੀ ਹੋਈ ਹੈ, ਐਂਡ ਵੀ ਸੇ ਟੂ ਵੈਰੀ ਵਾਰਮ ਵੈਲਕਮ ਟੂ ਅਵਰ ਹੋਨਰੇਬਲ ਗੈਸਟ ਡਾਕਟਰ ਦਲਵੀਰ ਸਿੰਘ ਪੰਨੂ। ਅਸੀਂ ਬਹੁਤ ਬਹੁਤ ਤੁਹਾਨੂੰ ਔਰ ਪਾਕਿਸਤਾਨ ਵਿੱਚ ਤੁਹਾਡੀ ਕਿਤਾਬ ਦਾ ਬਹੁਤ ਬੋਲਬਾਲਾ ਹੋਇਆ, ਸਾਨੂੰ ਬੜਾ ਵਧੀਆ ਲੱਗ ਰਿਹਾ ਹੈ ਔਰ ਖੁਸ਼ੀ ਹੋ ਰਹੀ ਹੈ। ਮੈਂ ਕਹਾਂਗਾ ਕੋਂਗ੍ਰੈਚੁਲੇਟ, ਥੈਂਕ ਯੂ ਸੋ ਮੈਨੀ, ਥੈਂਕ ਯੂ। ਜੈਨੀਫਰ ਰੋਜ਼ ਸਾਡੇ ਸ਼ੀਮੇਲ ਮੈਂਬਰ ਨੇ ਔਰ ਓਨਰੇਬਲ ਗੈਸਟ ਨੇ, ਅੱਜ ਦੇ ਕੇ ਅਸੀਂ ਇਹਨਾਂ ਨੂੰ ਬੁਲਾਇਆ ਔਰ ਇਹ ਪਹੁੰਚੇ ਆਪਣੀ ਸਾਰੀ ਮਸਰੂਫੀਅਤ ਆਪਣੇ ਪਾਰਲਰ ਵਗੈਰਾ ਨੂੰ ਕਲੋਜ਼ ਕਰਕੇ, ਔਰ ਉਸ ਤੋਂ ਬਾਅਦ ਸ਼ਬਜੀਰ ਜਿਹੜੇ ਨੇ ਵਗੈਰਾ ਅਤੇ ਵੱਡੀ ਮਾਲਾ ਜਿਹੜੀ ਹੈ ਡਾਕਟਰ ਸਾਹਿਬ ਦੇ ਗਲੇ ਵਿੱਚ ਪਾਉਣਗੇ, ਔਰ ਉਸ ਤੋਂ ਬਾਅਦ ਸਾਡੇ ਅਬਦੁਲ ਮਨਾਨ ਸਾਹਿਬ ਸੀਨੀਅਰ ਮੈਂਬਰ ਨੇ ਪਾਕਿਸਤਾਨ ਹੈਰੀਟੇਜ ਕਲੱਬ ਦੇ, ਅਤੇ ਹਾਰ ਵੀ ਵੱਡਾ ਇੰਨੇ ਬੜੇ ਹਾਰ ਲੈ ਕੇ ਆਏ ਆ ਕਿ ਕਿੰਨਾ ਵੱਡਾ ਕਹਿੰਦੇ ਨੇ ਸਿਰ ਦੀਆਂ ਸਰਦਾਰੀਆਂ ਨੇ, ਉਹਨਾਂ ਵੱਡੇ ਹੀ ਹਾਰ ਜਿਹੜੇ ਹੈ ਅਸੀਂ ਆਪਾਂ ਇਹਨਾਂ ਦੇ ਗਲੇ ਵਿੱਚ ਪਾਵਾਂਗੇ, ਇਹ ਪੈਣਾ ਨਹੀਂ ਬਾਬਾ ਜੀ, ਅਸੀਂ ਪਾ ਦੇਣਾ ਭਾਜੀ, ਅਸੀਂ ਪਾ ਦੇਣੇ ਬਸ, ਠੀਕ ਹੈ ਜੀ। ਇਹ ਪੂਰਾ ਅਸਰ ਗੱਲ ਤੱਕ ਹਾਰ ਕਲੋਜ਼ ਆ ਗਏ, ਥੈਂਕ ਯੂ ਸਾਰੇ ਹਾਰੇ ਰੱਖਣੇ ਆ, ਥੈਂਕ ਯੂ ਸਰ, ਤੁਸੀਂ ਬਹੁਤ ਸ਼ਰਮਿੰਦਾ ਕਰ ਰਹੇ ਹੋ ਰੇਟ ਜੀ, ਇੰਨੇ ਦੇ ਕਾਬੂ ਤਾਂ ਨਹੀਂ ਆਇਆ ਮੈਂ, ਵੈਰੀ ਥੈਂਕ ਯੂ, ਵੈਰੀ ਗੁੱਡ, ਵੈਰੀ ਗੁੱਡ, ਫੁੱਲ ਯੂ ਟੂ, ਥੈਂਕ ਯੂ, ਥੈਂਕ ਯੂ ਮੈਡਮ, ਬਹੁਤ ਜ਼ਿਆਦਾ ਮਾਨ ਆ, ਥੈਂਕ ਯੂ ਸਰ, 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 ਅਸੀਂ ਦੇਖਿਆ ਕਿ ਸਾਡੇ ਮੈਂਬਰ ਜਿਹੜੇ ਨੇ ਚੜ ਕੇ ਕਿਸੇ ਨੂੰ ਪਿਆਰ ਵਧਾ ਰਹੇ ਨੇ, ਫੁੱਲ ਪੱਤੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲਾਹੌਰ ਦੀ ਫੂਡ ਸਟ੍ਰੀਟ ਦੇ ਉੱਤੇ। ਅਤੇ ਮੈਂ ਹੀ ਕਹਾਂਗਾ ਮੈਨੂੰ ਬਹੁਤ ਵਧੀਆ ਲੱਗ ਰਿਹਾ, ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਇਸੇ ਤਰ੍ਹਾਂ ਹੀ ਸਾਡੇ ਓਨਰੇਬਲ ਗੈਸਟ ਆਉਂਦੇ ਰਹਿਣ, ਅਤੇ ਅਸੀਂ ਉਹਨਾਂ ਨੂੰ ਇਸੇ ਤਰੀਕੇ ਨਾਲ ਜੀ ਆਇਆਂ ਨੂੰ ਕਰਦੇ ਹੀ ਰਹੀਏ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਅੰਦਰ, ਜਿਸ ਤਰ੍ਹਾਂ ਕਿ ਥੈਂਕ ਯੂ, ਥੈਂਕ ਯੂ, ਬਹੁਤ ਵਧੀਆ ਲੱਗ ਰਿਹਾ ਠੀਕ ਹੈ ਜੀ। ਡਾਕਟਰ ਸਾਹਿਬ ਪਲੀਜ਼ share something about your experience to visit a Pakistan specially. ਜੀ ਹੁਣ ਆਲਮੋਸਟ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਟ੍ਰਿਪ ਖਤਮ ਹੋਣ ਦੇ ਨੇੜੇ ਹੀ ਆਲਮੋਸਟ, ਇਸ ਕਰਕੇ ਮੈਨੂੰ ਬਹੁਤ ਇੱਕ ਤਰ੍ਹਾਂ ਦਾ ਉਦਾਸੀ ਦਾ ਮੌਕਾ ਵੀ ਹੈਗਾ ਕਿਉਂਕਿ ਪਿਛਲੇ ਕੁਛ ਦਿਨਾਂ 'ਚ ਪਿਆਰ ਹੀ ਪਾਕਿਸਤਾਨ 'ਚ ਇੰਨਾ ਮਿਲਿਆ ਹੈ, ਬੁੱਕ ਨੂੰ ਵੀ ਇੰਨਾ ਭਰਵਾਂ ਹੰਗਾਰਾ ਮਿਲਿਆ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਜਿਹਨਾਂ ਨਾਲ ਮੈਂ ਇਸ ਨੂੰ ਬਿਆਨ ਕਰ ਸਕਾਂ। ਤੁਸੀਂ ਸਭ ਦੋਸਤ ਹਰ ਇੱਕ ਸ਼ਹਿਰ ਦੇ ਵਿੱਚ ਜਦੋਂ ਜਿਹਦਾ ਮੇਰਾ ਪ੍ਰੋਗਰਾਮ ਕੋਆਰਡੀਨੇਟ ਕਰਦੇ ਰਹੇ, ਮੈਂ ਉਹਦੇ ਲਈ ਵੀ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਕਰਕੇ ਸਾਰਿਆਂ ਨੇ ਬਹੁਤ ਮੇਰੇ ਲਈ ਸੌਖਾ ਕਰ ਦਿੱਤਾ ਕਿ ਹਰ ਹਰ ਜਿੱਥੇ ਜਿਹਦੇ ਮੈਂ ਜਾਵਾਂ ਉਹਦੇ ਲਈ ਜਿਹੜੀ ਹੈਗੀ ਹੈ ਬੁੱਕ ਦੀ ਓਪਨਿੰਗ ਈਵੈਂਟਸ ਜਿਹੜੇ ਸੀਗੇ ਉਹ ਬਹੁਤ ਹੀ ਵਧੀਆ ਵੈਲ ਔਰਗਨਾਈਜ਼ ਤਰੀਕੇ ਨਾਲ ਹੁੰਦੇ ਰਹੇ। ਅੱਜ ਵੀ ਬਿਲਕੁਲ ਲਾਸਟ ਮਿੰਟ 'ਤੇ ਤੁਸੀਂ ਸਾਰੇ ਈਵਨ ਫੈਮਿਲੀ ਮੈਂਬਰਸ ਵੀ ਨਾਲ, ਭਰਾ ਭਤੀਜੇ ਮਤਲਬ ਫੈਮਿਲੀਜ਼ ਨੂੰ ਨਾਲ ਲੈ ਕੇ ਆਏ ਹੋ, ਮੇਰੇ ਲਈ ਬਹੁਤ ਹੀ ਇਮੋਸ਼ਨਲ ਟਾਈਮ ਹੈ ਕਿ ਵਿਦ ਵਿਦ ਇਨ ਲਾਈਕ ਫਿਊ ਆਵਰਸ ਨੋਟਿਸ ਤੁਸੀਂ ਸਭ ਬਾਬਾ ਜੀ ਸ਼ਾਹਿਦ ਸ਼ਬੀਰ ਨੇ ਜਦੋਂ ਕਿਹਾ ਸਾਰੇ ਇੱਥੇ ਆਏ, ਔਰ ਇੰਨੇ ਹਾਰ ਤੇ ਮੈਂ ਕਿਸੇ ਵਜ਼ੀਰ ਦੇ ਪੈਂਦੇ ਵੀ ਨਹੀਂ ਦੇਖੇ ਜਿੰਨੇ ਤੁਸੀਂ ਜਗਜੀਤ ਸਿੰਘ ਜਗਜੀਤ ਸਿੰਘ ਜੀ ਦੀ ਗੱਲ ਕੀਤੀ ਹੈ ਜੀ, ਮਲੇਸ਼ੀਆ ਤੋਂ ਜਦੋਂ ਆਏ ਕਹਿੰਦੇ ਇੰਨੇ ਤੇ ਤਾਂ ਤੁਹਾਡੀ ਵੀ ਉਹੀ ਗੱਲ ਹੈ। ਥੈਂਕ ਯੂ ਸੋ ਮਚ ਐਵਰੀ ਵਨ, ਇਹ ਅੱਜ ਦੀ ਜਿਹੜੀ ਈਵੈਂਟ ਹੈਗੀ ਹੈ ਦਿਸ ਇਜ਼ ਜਸਟ ਸੇ ਕਿ ਮੇਰੇ ਵੱਲੋਂ ਵੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਵਤਨ ਦਾ ਸ਼ੁਕਰੀਆ, ਸਾਰੇ ਦੋਸਤ ਜਿਹੜੇ ਇੱਥੇ ਨਹੀਂ ਵੀ ਹੈਗੇ ਇਸ ਵੇਲੇ ਉਹਨਾਂ ਸਭ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੇਰੇ ਪਿਛਲੇ ਕੁਛ ਦਿਨਾਂ 'ਚ ਮੇਰੇ ਜਿਹੜੇ ਈਵੈਂਟਸ ਹੈਗੇ ਆ ਬੁੱਕ ਲਾਂਚਿੰਗ ਈਵੈਂਟ ਸੀ ਉਹਨਾਂ ਨੂੰ ਇੰਨਾ ਭਰਪੂਰ ਹੁੰਗਾਰਾ ਕੀਤਾ, ਔਰ ਮੈਂ ਆਸ ਕਰਦਾ ਕਿ ਇਹ ਵੀਡੀਓਜ਼ ਮੇਰੀਆਂ ਦੇਖ ਕੇ ਹੋਰ ਵੀ ਦੋਸਤ ਮੇਰੇ ਜਿਹੜੇ
ਪਾਕਿਸਤਾਨ ਵਿਜ਼ਿਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਸ਼ਾਇਦ ਇਸ ਤੋਂ ਇਹ ਹੈਲਪ ਮਿਲੇ ਕਿ ਇਟਸ ਰੀਅਲੀ ਵੈਲਕਮਿੰਗ ਹੈ ਦੈਟਸ ਦਾ ਹੋਲ ਪਰਪਸ ਵਾਸ ਕਿ ਵੈਨਐਵਰ ਆਈ ਵਾਸ ਡੂਇੰਗ ਲਾਈਵ ਵੀਡੀਓਜ਼ ਜਾਂ ਜਿਹੜੇ ਆਪਾਂ ਵੀਡੀਓਜ਼ ਮੈਂ ਪੋਸਟ ਕਰ ਰਿਹਾ ਸੀ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਆਪਾਂ ਥੋੜ੍ਹੀ ਜਿਹੀ ਪਿਆਰ ਔਰ ਨੇੜਤਾ ਨੂੰ ਇੱਕ ਦੂਜੇ ਨਾਲ ਵਧਾਈਏ ਤਾਂ ਕਿ ਇਹ ਜਿਹੜਾ ਪਿਆਰ ਔਰ ਅਮਨ ਦਾ ਸੁਨੇਹਾ ਹੈ ਖਾਸ ਕਰਕੇ ਦੋਨੋਂ ਇਹਨਾਂ ਕੰਟਰੀਜ਼ ਦੇ ਵਿੱਚ ਇੰਡੀਆ ਪਾਕਿਸਤਾਨ ਦੇ ਵਿੱਚ ਆਪਾਂ ਦੇ ਸਕੀਏ ਅਤੇ ਹੁਣ ਮੈਨੂੰ ਪਤਾ ਆਪਾਂ ਫੂਡ ਕੋਰਟ ਖੜ੍ਹੇ ਹਾਂ ਸਭ ਨੂੰ ਭੁੱਖ ਲੱਗੀ ਹੈ ਅਤੇ ਉੱਪਰ ਆਪਾਂ ਚੱਲਦੇ ਹਾਂ ਦੇਖਦੇ ਹਾਂ ਉੱਥੋਂ ਵਿਊ ਸਾਹਮਣੇ ਬਾਦਸ਼ਾਹੀ ਮੋਸਕ ਹੈ ਬਾਬਾ ਜੀ ਨੇ ਜਗ੍ਹਾ ਵੀ ਉਹ ਚੁਣੀ ਹੈ ਜਿਹੜੀ ਹਿਸਟਰੀ ਨਾਲ ਰਿਲੇਟਡ ਹੈ ਇਸ ਕਰਕੇ ਇਹ ਮੈਨੂੰ ਜ਼ਿਆਦਾ ਵਧੀਆ ਲੱਗ ਰਿਹਾ ਕਿਉਂਕਿ ਆਲੇ ਦੁਆਲੇ ਇੱਥੇ ਇੰਨੀ ਹਿਸਟਰੀ ਹੈਗੀ ਹੈ ਬਿਲਕੁਲ ਸਾਹਮਣੇ ਆਪਣੇ ਹਜ਼ੂਰੀ ਬਾਗ ਹੈ ਨਾਲ ਹੀ ਬਾਦਸ਼ਾਹੀ ਮੋਸਕ ਹੈ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਸਾਹਮਣੇ ਫੋਰਟ ਹੈ ਗੁਰਦੁਆਰਾ ਡੇਰਾ ਸਾਹਿਬ ਬਿਲਕੁਲ ਲੱਗ ਗਈ ਹੈ ਅਤੇ ਬਿਲਕੁਲ ਸਾਹਮਣੇ ਇਹ ਹਿਸਟੋਰਿਕ ਫੂਡ ਕੋਰਟ ਹੈ ਜਿਸ ਦੇ ਬਾਰੇ ਜਿੰਨੀ ਵੀ ਪੁਰਾਣੀ ਕਿਤਾਬਾਂ ਨੇ ਉਹਦੇ ਵਿੱਚ ਜ਼ਿਕਰ ਲਾਹੌਰ ਦੀ ਜਿਹੜੀ ਵੀ ਕਿਤਾਬ ਹੈਗੀ ਉਹ 'ਚ ਇਸ ਫੂਡ ਕੋਰਟ ਦਾ ਫੂਡ ਸਟਰੀਟ ਦਾ ਜ਼ਿਕਰ ਫੂਡ ਸਟਰੀਟ ਦਾ ਜ਼ਿਕਰ ਆਉਣਾ ਹੀ ਆਉਣਾ ਔਰ ਜੇ ਤੁਸੀਂ ਇਹਦੀਆਂ ਹੁਣ ਖੜ੍ਹਾ ਤਾਂ ਮੈਂ ਆਪਣੇ ਕਮਰੇ ਪਰ ਮੇਰਾ ਧਿਆਨ ਇਹੀ ਜਾਂਦਾ ਬਾਲਕੋਨੀ ਦੇਖ ਲਓ ਝੂਕੇ ਦੇਖ ਲਓ ਤੁਹਾਨੂੰ ਐਂਟੀਕਨੈਸ ਜਿਹੜੀ ਹੈ ਬਿਲਕੁਲ ਨਜ਼ਰ ਆਉਂਦੀ ਹੈ ਇਹਨਾਂ ਨੇ ਮਾਡਰਨ ਇੰਪਰੂਵਮੈਂਟ ਤਾਂ ਕੀਤੀਆਂ ਨੇ ਜਿਵੇਂ ਪਤਾ ਲੱਗਦਾ ਕਿ ਐਲੀਵੇਟਰ ਲੱਗੀ ਹੈ ਲਿਫਟ ਲੱਗੀ ਹੈ ਪਰ ਉਹਨਾਂ ਨੇ ਜਿਹੜਾ ਡਿਜ਼ਾਈਨ ਹੈ ਸਾਰੀਆਂ ਬਿਲਡਿੰਗਸ ਨੇ ਦੇ ਹੈਵ ਟ੍ਰਾਈ ਟੂ ਮੇਨਟੇਨ ਇਟ ਜਿੱਦਾਂ ਆਪਾਂ ਫਰਾਂਸ ਜਾਂਦੇ ਹਾਂ ਸਰ ਪਲੀਜ਼ ਆਹ ਸਾਡਾ ਐਲੀਵੇਟਰ ਆ ਰਿਹਾ ਜੈਨੀ ਪਲੀਜ਼ ਆਪ ਅਸਿਸਟ ਕਰੇ ਆਹ ਫਲਾਵਰਸ ਵਗੈਰਾ ਲੈ ਲੈਂ ਡਾਕਟਰ ਸਾਹਿਬ ਸੇ ਚਲੋ ਜੀ ਅਸੀਂ ਚੱਲਦੇ ਹਾਂ ਅੰਦਰ ਔਰ ਡਾਕਟਰ ਸਾਹਿਬ ਨੂੰ ਲੈ ਕੇ ਉੱਤੇ ਚੱਲਦੇ ਹਾਂ ਪਲੀਜ਼ 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 ਕੀਪ ਇਟ ਆ ਜਾਓ ਜੀ ਅੱਧੇ ਅੱਧੇ ਕਰਕੇ ਆ ਜਾਓ ਅਜੋ ਜੀ ਪਲੀਜ਼ ਇੱਕ ਮਿੰਟ ਠੀਕ ਹੈ ਜੀ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਕੱਕੂਸ ਦੇ ਉੱਤੇ ਲੈ ਕੇ ਜਾ ਰਹੇ ਹਾਂ ਪੰਜਵੇਂ ਫਲੋਰ ਤੇ ਜਿੱਥੇ ਇਹਨਾਂ ਦਾ ਮਨ ਦੀ ਇੱਕ ਖੁਆਬ ਸੀ ਕਿ ਇਹਨਾਂ ਨੂੰ ਏਰੀਅਲ ਵਿਊ ਜਿਹੜਾ ਹੈ ਉਹੀ ਸਾਰਾ ਬਾਦਸ਼ਾਹੀ ਮਸਜਿਦ ਵਾਲਾ ਔਰ ਲਾਹੌਰ ਫੋਰਟ ਵਾਲਾ ਔਰ ਨਾਲ ਦੀ ਨਾਲ ਹੀ ਇਹ ਦੇਖਣ ਹਜ਼ੂਰੀ ਬਾਗ ਨੂੰ ਔਰ ਬਾਰਾਦਰੀ ਵੀ ਦਿਸੇ ਤੇ ਇੱਕ ਵਾਹਿਦ ਉਹ ਜਗ੍ਹਾ ਹੈ ਮਤਲਬ ਕਿ ਲਾਹੌਰ ਦੇ ਵਿੱਚ ਜਿੱਥੋਂ ਇਹ ਸਾਰੇ ਵਿਊ ਪੁਆਇੰਟ ਹੈ ਔਰ ਲਾਹੌਰ ਜਗਮਗ ਜਗਮਗ ਕਰਦਾ ਹੋਇਆ ਪੂਰਾ ਸ਼ਹਿਰ ਜਿਹੜਾ ਤੁਹਾਨੂੰ ਇਸ ਜਗ੍ਹਾ ਤੋਂ ਉਹ ਨਜ਼ਰ ਆਏਗਾ ਲਓ ਜੀ ਆ ਜਾਓ ਜੀ ਪਲੀਜ਼ ਫਿਫਥ ਹੈ ਬਾਈ ਬਾਈ ਸਾਹਿਬ ਫਿਫਥ ਹੈ ਆ ਜਾਓ ਜੀ ਆ ਜਾਓ ਪਲੀਜ਼ ਠੀਕ ਹੈ ਜੀ ਆਪਾਂ ਇਸ ਸਟੇਜ ਤੋਂ ਫਿਰ ਉੱਤੇ ਜਾਣਾ ਸ਼ਾਹੀ ਰਸਤਾ ਹੈ ਪੂਰਾ ਲੋ ਜੀ ਇਸ ਤੋਂ ਵੀ ਉੱਤੇ ਹੈ ਆਪਣਾ Wow. So really amazing. Hey dog. ਹਾਂਜੀ ਡਾਕਟਰ ਸਾਹਿਬ ਕਿੱਦਾਂ ਦੀ ਫੀਲਿੰਗ ਆ ਰਹੀ ਹੈ ਜੀ ਠੀਕ ਜਗ੍ਹਾ ਦੀ ਸਿਲੈਕਸ਼ਨ ਹੈ ਬਹੁਤ ਜ਼ਬਰਦਸਤ ਹਾਂਜੀ ਜੀ ਬਹੁਤ ਜ਼ਬਰਦਸਤ ਵਧੀਆ ਲੱਗ ਰਿਹਾ ਉੱਧਰ ਦੂਜੇ ਪਾਸੇ ਮੈਂ ਰੋਸ਼ਨਾਈ ਗੇਟ ਤਾਂ ਦੇਖਿਆ ਹੋਇਆ ਸੀ ਪਰ ਆਹ ਵਾਲਾ ਗੇਟ ਨਹੀਂ ਸੀ ਦੇਖਿਆ ਕਦੀ ਸਾਹਮਣੇ ਅਲਾਮਾ ਅਕਬਾਲ ਸਾਹਿਬ ਦੀ ਜਗ੍ਹਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਹੈ ਜੀ ਜਿਹੜੀ ਸਾਹਮਣੇ ਇੱਥੇ ਹਾਂਜੀ ਹਾਂਜੀ ਥੱਲੇ ਦਰਖਤਾਂ ਦੇ ਪਿੱਛੇ ਲੁਕੀ ਦਰਖਤਾਂ ਦੀ ਬੈਕ ਸਾਈਡ ਤੇ ਰਣਜੀਤ ਸਿੰਘ ਤੋਂ ਦੂਰ ਨੇ ਵਾਈਟ ਵਾਈਟ ਵਾਲੇ ਜੀ ਡਾਕਟਰ ਸਾਹਿਬ ਬਹੁਤ ਗ੍ਰੈਂਡ ਹੈ ਜੀ ਐਨੀ ਲਾਸਟ ਮੈਸੇਜ ਫੋਰ ਲਾਸਟ ਨਹੀਂ ਹਲੇ ਹੈਗਾ ਟਾਈਮ ਪਰ
ਇਹੀ ਹੈ ਕਿ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਇਹੀ ਕਹਿ ਸਕਦਾ ਔਰ ਆਹ ਜਿਹੜੀ ਹੈ ਵਿਊ ਜੋ ਇੱਥੋਂ ਹੈਗਾ ਪਾਸੇ ਮੋਸਕ ਦਾ ਇਟ ਕਾਂਟ ਬੀ ਐਨੀ ਬੈਟਰ ਸੋ ਰੀਅਲੀ ਅਪਰੀਸ਼ੀਏਟ ਇਹ ਆਹ ਵਿਊ ਮੈਂ ਨਹੀਂ ਦੇਖਿਆ ਪਹਿਲਾਂ ਕਦੀ ਹਮੇਸ਼ਾ ਉੱਥੋਂ ਆ ਕੇ ਮੁੜ ਜਾਈਦਾ ਦਿਸ ਇਜ਼ ਰੀਅਲੀ ਰੀਅਲੀ ਡਿਫਰੈਂਟ ਸੋ ਥੈਂਕ ਯੂ ਸੋ ਮਚ ਸਭ ਨੂੰ ਮੌਕਾ ਦੇਣ ਠੀਕ ਹੈ ਜੀ ਸਾਡੀ ਟੀਮ ਸਾਰੀ ਪਹੁੰਚ ਗਈ ओके जी रब रखा जी मैं हूं तुहाडा अपना होस्ट शाहिद शबीर बाबा जी।